अज तक परमात्मा का शुकराना करने वास्ते आए हैं। परमात्मा मेहर कर, श्रोमणी अकाली दल पंथ पंजाब की जथेबंदी है, पंजाबियों की आवाज़ है, परमात्मा सेवा करने का मौका दें। ते जिवें पहले सरकारां दौरान पंजाब तरक्की हुई, परमात्मा आशीर्वाद देन असीं हो तो वध पंजाब नूं अगे लै जाईए। ते हुण तुसीं सवाल जो पुछणे पुछ लो, जिहड़े एग्जिट पोल है, मैं लगता किसी भी पंजाबी नूं पुछ लो, किसी नूं यकीन नहीं है। पिछली बार भी आम आदमी नूं 100 दिंदे सी, 20 आईआं। सो इस करके आ जिहड़े एग्जिट पोल है, तुसीं हुणी ममता बैनर्जी का इलैक्शन होया सी, मैं लगता उन्हूं 100 भी सीटां नहीं दिंदे सी, आईआं 200 च दिस थिंग। कांग अपने बीजेपी नूं मजोरिटी दिंदे सी, उन्हां दी 60 आईआं। सो आ जिहड़ा सिस्टम एग्जिट पोल का, आ मैं लगता बैन होना चाहिए। एक तो एग्जिट पोल बैन होने चाहिए, एक इन्हां दे जिहड़े पहले पोल हुंदे आ ओपीनियन पोल, क्योंकि इलैक्शन कमीशन हर चीज़ मॉनिटर कर रहा है कि किसी वोटर ने इन्फ्लुएंस ना किया जाए। पर हुण सरकारां अपना फाइनैंशियल पावर लैके सरकारी पैसे नूं वरत के मीडिया राही ओपीनियन पोल करा के, पेड ओपीनियन पोल करा के इन्फ्लुएंस करना चाहुंदी है। जिहड़ा इस इलैक्शन देखिया बहुत वड्डे पद्धर ते अपने आम आदमी पार्टी ने किया, क्रेडिबिलिटी हौली हौली तुसीं देखो क्रेडिबिलिटी खत्म हो गई है। हुण भी लोकी कोई क्रेडिबल सोचते नहीं है, हुण इन्ना सीरियसली लैंदे नहीं है। ओरिजिनली पहले जब कई साल पहले जो होए सी उदों किरां किरां क्रेडिबिलिटी सोच रहे सी, उहदे बाद खत्म हो गई। सर एक होर चीज़ है कि हुण आखिरी दिन है इलैक्शन का, आखिरी दिन काउंटिंग का, अगर कितने कोई चांस इदां दे बंदे आ कि टाइम दित्ता जाए। हले 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 दसा, श्रोमणी अकाली दल BSP अपने दम ते सरकार बनाउंदी, साड़ी जो फीडबैक है बहुत वड्डी बहुमत नाल साड़ी साड़ी सरकार बन सी। जी ਤੁਹਾਡਾ ਮਾਝੇ ਚ ਤੁਹਾਡੀ ਲੋੜ ਲੱਗਦੀ ਹੈ, ਦੋਨੋਂ ਸੀਟਾਂ ਮਿਲਣਗੀਆਂ ਮਾਝੇ ਚ? ਮੈਨੂੰ ਤਾਂ 16 17 ਪਲੱਸ ਲੱਗਦੀਆਂ। ਕਾਂਗਰਸ ਦਾ ਕੀ ਦੇਖਦੇ ਪੂਰੇ? ਕਾਂਗਰਸ ਸਫਾਇਆ, ਮੈਨੂੰ ਲੱਗਦਾ ਕਾਂਗਰਸ ਦੀ ਲੋੜ ਪੈ, ਕਾਂਗਰਸ ਦੀ ਮੈਨੂੰ ਲੱਗਦਾ 20 ਸੀਟਾਂ ਤੋਂ ਘੱਟ ਹੋਣਗੀਆਂ ਕਾਂਗਰਸ ਦੀਆਂ। ਲੋੜ ਪੈਣ ਤੇ ਬੀਜੇਪੀ, ਲੋੜ ਪੈਣ ਦੀ ਲੋੜ ਹੀ ਨਹੀਂ ਪੈਣੀ। ਸਰ ਯੂਕਰੇਨ ਦੇ ਜੋ ਸਟੂਡੈਂਟਸ ਆ ਰਹੇ ਨੇ, ਹਰ ਸਟੇਟ ਦਾ ਸੀਐਮ ਜਾ ਕੇ ਦਿੱਲੀ ਉਹਨਾਂ ਵੈਲਕਮ ਕਰ ਰਹੇ ਬੱਚਿਆਂ, ਪਰ ਪੰਜਾਬ ਸਟੇਟ ਦਾ ਕੋਈ ਲਿਆਉਣ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਉਹਨਾਂ ਨੂੰ? ਮੈਂ ਬੱਚੇ ਜਾਣਾ ਪੈ ਰਿਹਾ ਦਿੱਲੀ। ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਨਾ ਹੈ, ਵੋਟਾਂ ਪੈ ਗਈਆਂ, ਡਰਾਮੇ ਕਰਨੇ ਬੰਦ ਕਰੋ। ਜਿਹੜੇ ਜਿਹੜਾ ਤੁਸੀਂ ਕੰਮ ਕਰਨਾ ਹੈ, ਇੱਕ ਦੋ ਦਿਨ ਜਿਹੜੇ ਦੁੱਧ ਚੋਰੇ, ਮੈਂ ਜਿਹੜਾ ਕੰਮ ਕਰ ਲੱਗੇ ਹੈ, ਉਹਨੂੰ ਕਿਹਾ ਵੋਟਾਂ ਪੈ ਗਈਆਂ, ਸ਼ਾਇਦ ਉਹਨੂੰ ਪਤਾ ਹੀ ਨਹੀਂ ਵੋਟਾਂ ਪੈ ਗਈਆਂ। ਅਤੇ ਹੁਣ ਤਾਂ ਕੋਈ ਇਨਫਲੂਐਂਸ ਨਹੀਂ ਹੋਣਾ, ਜਿਹੜੀ ਜਿਨ ਭਾਵੇਂ ਇੱਕ ਦਿਨ ਨਾਲ ਦੋ ਦਿਨ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਦੇਖੋ ਮੁੱਖ ਮੰਤਰੀ ਦੀ ਟੀਮ, ਆਪਣੀ ਪੰਜਾਬ ਸਰਕਾਰ ਦੀ ਟੀਮ ਉੱਥੇ ਹੋਣੀ ਚਾਹੀਦੀ ਸੀ, ਇੱਕ ਡੈਲੀਗੇਸ਼ਨ ਉਹਦੇ ਦੇਖਿਆ ਹੋਣਾ, ਬਹੁਤ ਜ਼ਿਆਦਾ ਸਟੂਡੈਂਟ ਪੰਜਾਬ ਦੇ ਹੈ, ਇੱਕ ਐਡਵਾਂਸ ਡੈਲੀਗੇਸ਼ਨ ਆਫਿਸਰ ਦੀ ਆਪਾਂ ਨੂੰ ਜਿਹਨੇ ਨਾਲ ਦੀ ਦੇਸ਼ ਹੈ ਉਹ ਯੂਕਰੇਨ ਦੇ ਨਾਲ, ਉੱਥੇ ਭੇਜਣੇ ਚਾਹੀਦੇ ਸੀ ਆਪਣੇ ਲਾਈਜ਼ਨ ਆਫਿਸਰਸ ਜਿਹੜੇ ਉੱਥੇ ਕੋਆਰਡੀਨੇਟ ਕਰਨ। ਪਰ ਇੱਥੇ ਕੋਈ ਇੰਟਰਸਟ ਹੀ ਨਹੀਂ ਹੈ ਕਾਂਗਰਸ ਇਲੈਕਸ਼ਨ ਤੋਂ ਬਾਅਦ। ਸੀ ਕਾਂਗਰਸ ਹਾਰ ਮੰਨ ਕੇ ਚੁੱਕੀ, ਹਾਰ ਚੁੱਕੀ ਹੈ, ਅਤੇ ਇਸ ਕਰਕੇ ਉਹਨਾਂ ਦਾ ਇੰਟਰਸਟ ਹੀ ਕੋਈ ਨਹੀਂ ਰਿਹਾ ਸਰਕਾਰ ਬਣਨ ਤੋਂ ਬਾਅਦ। ਐਜੂਕੇਸ਼ਨ ਨੂੰ ਲੈ ਕੇ ਨਵੀਂ ਸਰਕਾਰ ਦੀ ਕੋਈ, ਮੈਂ ਉਹੀ ਕਹਿ ਰਿਹਾ, ਸਾਡਾ ਮੇਨ ਏਜੰਡਾ ਐਜੂਕੇਸ਼ਨ ਦਾ ਹੈ, ਪਰਮਾਤਮਾ ਮਿਹਰ ਕਰਨ ਮੌਕਾ ਦੇਣ। ਅਤੇ ਜਿਹੜਾ ਸਕੂਲ ਐਜੂਕੇਸ਼ਨ ਹੈ, ਸਰਕਾਰੀ ਸਕੂਲ ਐਜੂਕੇਸ਼ਨ ਸਿਸਟਮ ਐਡੇ ਵੱਡੇ ਲੈਵਲ 'ਤੇ ਕਰਾਂਗੇ ਕਿ ਪੂਰੇ ਦੇਸ਼ ਵਿੱਚ ਇਗਜ਼ਾਮਪਲ ਸੈੱਟ ਹੋਊਗਾ। ਡਿਵੈਲਪਮੈਂਟ ਅਤੇ ਪੰਚਾਇਤ ਵਿਭਾਗ 'ਚ ਇੱਕ ਜੋਬ ਸਕੈਮ ਸਾਹਮਣੇ ਆਇਆ ਜਿੱਥੇ 100 ਮੁਲਾਜ਼ਮਾਂ ਦੀ ਡਿਗਰੀਆਂ ਫੇਕ ਪਾਈਆਂ ਗਈਆਂ। ਮੈਂ ਇਹ ਕਹਿ ਰਿਹਾ ਕਿ ਪਿਛਲੀ ਵਾਰ ਜਿਹੜੇ ਅੱਜ ਕਾਂਗਰਸ ਸਰਕਾਰ 'ਚ ਬਹੁਤ ਵੱਡੇ ਵੱਡੇ ਸਕੈਮ ਹੋਏ ਆ, ਔਰ ਨੌਕਰੀਆਂ ਦੇ ਵੀ ਸਕੈਮ ਹੋਏ ਆ, ਸਕਾਲਰਸ਼ਿਪ ਦੀਆਂ ਸਕੈਮ ਹੋਏ ਆ, ਤਾਂਹੀਓ ਤੁਸੀਂ ਦੇਖਿਆ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਿਲਕੁਲ ਅਸੀਂ ਪਹਿਲੇ ਵੀ ਕਿਹਾ ਸੀ, ਬੜਾ ਕਲੀਅਰ ਝੂਠਾ ਪਰਚਾ, ਪੋਲੀਟੀਕਲ ਵੰਡੇਟਾ ਦਾ ਪਰਚਾ ਹੈ। ਅਸੀਂ ਲੀਗਲ ਬੈਟਲ ਅਸੀਂ ਲੜ ਰਹੇ ਹਾਂ ਅਤੇ ਲੜਾਂਗੇ।